ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਸਿੱਖਾਂਗੇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਮੰਦਰ ਸਪਤਕ ਦੇ ਚੌਥੇ ਕਾਲੇ ਤੋਂ, ਮੇਰੀਆਂ ਭੈਣਾਂ ਦੇ ਸਕੇਲ ਤੋਂ ਅਤੇ ਛੋਟੇ ਬੱਚਿਆਂ ਦੇ ਸਕੇਲ ਤੋਂ ਆਪਾਂ ਇਸ ਸਵਰ ਤੋਂ ਆਪਾਂ ਇਸ ਸ਼ਬਦ ਨੂੰ ਸਿੱਖਣਾ ਹੈ। ਵੀਰਾਂ ਦੇ ਸਕੇਲ ਤੋਂ ਪਹਿਲੇ ਕਾਲੇ ਤੋਂ ਵੀ ਇਸ ਸ਼ਬਦ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਨੀਚੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਤੁਸੀਂ ਉਸਦਾ ਲਿੰਕ ਦੇਖ ਸਕਦੇ ਹੋ। ਉਸਦੇ ਵਿੱਚ ਇਸ ਸ਼ਬਦ ਨੂੰ ਪੂਰੀ ਰੀਤ ਨੂੰ ਮੈਂ ਤਬਲੇ ਦੇ ਨਾਲ ਗਾਇਨ ਕਰਕੇ ਦੱਸਿਆ ਹੈ। ਇਸ ਵੀਡੀਓ ਵਿੱਚ ਮੈਂ ਅਸਥਾਈ ਗਾਇਨ ਕਰਕੇ ਦੱਸਾਂਗਾ, ਉਸ ਤੋਂ ਬਾਅਦ ਅਸਥਾਈ ਦੀ ਸਰਗਮ, ਉਸ ਤੋਂ ਬਾਅਦ ਅੰਤਰਾ ਅੰਤਰੀ ਦੀ ਸਰਗਮ। ਕਹਿਰਵੇ ਤਾਲ ਦੇ ਵਿੱਚ ਇਹ ਰੀਤ ਹੈ। ਕਹਿਰਵੇ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਬੇਸਿਕ ਇਹ ਬਿਲਾਵਲ ਰਾਗ ਦੇ ਵਿੱਚ ਰੀਤ ਨੂੰ ਕੰਪੋਜ਼ ਕੀਤਾ ਗਿਆ ਹੈ। ਇਸ ਵਿੱਚ ਮੈਂ ਤਬਲੇ ਦੀ ਤਾਲ ਦੇ ਨਾਲ ਨਹੀਂ ਗਾਵਾਂਗਾ, ਕਿਉਂਕਿ ਮੈਂ ਆਲਰੇਡੀ ਮੇਲ ਸਕੇਲ ਤੋਂ ਤਬਲੇ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਦਿੱਤਾ ਹੈ। ਜਿਨ੍ਹਾਂ ਨੇ ਉਹ ਸੁਣਨਾ ਹੈ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਖ ਸਕਦੇ ਹੋ। ਹੁਣ ਆਪਾਂ ਅਸਥਾਈ ਪਹਿਲਾਂ ਕਰਾਂਗੇ, ਫਿਰ ਉਸਦੀ ਸਰਗਮ ਦੇਖਦੇ ਹਾਂ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਇਹ ਹੈ ਅਸਾਈ। ਮੇਰੀ ਸਰਗਮ ਦੇਖੋ, ਪਹਿਲੀ ਲਾਈਨ ਦੀ ਸਰਗਮ ਦੇਖਦੇ ਹਾਂ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸਰਗਮ ਸਾ 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 ਰੇ ਨੀ ਸਾ ਨੀ ਧਾ ਪਾ ਸਾ ਧਾ ਪਾ ਗਾ ਪਾ ਧਾ ਨੀ ਸਾ ਸਾ ਨੀ ਸਾ ਸਾ ਸਾ। ਫਿਰ ਸਲੋ ਦੇਖੋ, ਸਾ 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 ਰੇ ਨੀ ਸਾ ਨੀ ਧਾ ਪਾ ਸਾ ਧਾ ਪਾ ਗਾ ਪਾ ਧਾ ਨੀ ਸਾ 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 ਨੀ ਸਾ 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 ਸਾ। ਸ਼ਬਦ ਦੇ ਬੋਲ ਧਿਆਨ ਨਾਲ ਦੇਖਣਾ ਹੈ, ਕਿਹੜੀ ਕਿਹੜੀ ਸਰਗਮ ਦੇ ਵਿੱਚ ਜਿਹੜਾ ਜਿਹੜਾ ਸ਼ਬਦ ਦਾ ਬੋਲ ਆ ਰਿਹਾ ਹੈ, ਸੇਮ ਉਸ ਤਰ੍ਹਾਂ ਹੀ ਲਗਾਉਣਾ ਹੈ।
ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਫਿਰ ਸੁਣੋ ਦੇਖੋ, ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਇਹ ਵੀ ਤੁਸੀਂ ਕਰ ਸਕਦੇ ਹੋ, ਅਗਰ ਕਰਨਾ ਹੈ। ਗਰ ਗਰ ਸਾਏ, ਠੀਕ ਹੈ। ਫਿਰ ਜਿਸ ਡਿੱਠੇ ਸਭ ਦੁੱਖ ਜਾਏ, ਸਾਈ ਜੀ ਇੱਕ ਵਾਰੀ ਫਿਰ ਬੋਲਣਾ ਹੈ ਉਸਦੀ ਸੁਰਾ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ। ਇਸਦੀ ਸਰਗਮ ਪਾ 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 ਧਾ ਪਾ ਮਾ ਗਾ ਰੇ ਗਾ ਰੇ ਗਾ ਸਾ 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 ਸਾ। ਫਿਰ ਦੇਖੋ ਸੁਣੋ, ਪਾ 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 ਧਾ ਪਾ ਮਾ ਗਾ ਰੇ ਗਾ ਰੇ ਸਾ 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 ਸਾ। ਸ਼ਬਦ ਦੇ ਬੋਲ, ਜਿਸ ਡਿੱਠੇ ਸਭ ਦੁੱਖ ਜਾਏ। ਫਿਰ ਸੁਣੋ ਦੇਖੋ, ਜਿਸ ਡਿੱਠੇ ਸਭ ਦੁੱਖ ਜਾਏ। ਫਿਰ ਦੁਬਾਰਾ ਸ਼ੁਰੂ ਕਰਨਾ ਹੈ, ਜਾ ਸਾਧਾ ਸਾ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਇਹ ਹੈ ਅਸਥਾਈ। ਹੁਣ ਆਪਾਂ ਕਰਾਂਗੇ ਅੰਤਰਾ। ਇੱਕ ਵਾਰੀ ਅੰਤਰਾ ਤੁਸੀਂ ਹਾਰਮੋਨੀਅਮ ਤੇ ਖਾਲੀ ਵਜਾ ਲੈਣਾ ਹੈ, ਬਾਅਦ ਵਿੱਚ ਗਾਇਕ ਕਰਨਾ ਹੈ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਨਹੀਂ ਧਿਆਏ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਸ਼੍ਰੀ ਹਰਿ ਕ੍ਰਿਸ਼ਨ ਅੰਤਰੇ ਦੀ ਸਰਗਮ ਦੇਖੋ। ਪ੍ਰਥਮ ਭਗਵਤੀ ਸਿਮਰ ਕੈ ਇਹਨੇ ਦੀ ਸਰਗਮ ਪਾ 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 ਗਾ ਮਾ ਧਾ ਨੀ ਧਾ ਨੀ ਧਾ ਪਾ। ਫਿਰ ਦੇਖੋ ਧਿਆਨ ਨਾਲ, ਪਾ 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 ਗਾ ਮਾ ਧਾ ਨੀ ਧਾ ਨੀ ਧਾ ਪਾ। ਸ਼ਬਦ ਦੇ ਬੋਲ, ਪ੍ਰਥਮ ਭਗਵਤੀ ਸਿਮਰ ਕੈ
ਫਿਰ ਸਲੋ ਦੇਖੋ। ਪ੍ਰਥਮ ਭਗਉਤੀ ਸਿਮਰ ਕੈ, ਨੈਕਸਟ ਲਾਈਨ, ਗੁਰ ਨਾਨਕ ਲਈ ਧਿਆਏ, ਸਰਗਮ, ਪਾਪਾ ਨੀ 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 ਸਾ ਰੇ ਨੀ ਨੀ ਸਾ 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 ਸਾ, ਫਿਰ ਸਰਗਮ ਦੇਖੋ, ਪਾਪਾ ਨੀ 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 ਸਾ ਰੇ ਸਾ ਨੀ ਸਾ 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 ਸਾ, ਸ਼ਬਦ ਦੇ ਬੋਲ, ਗੁਰ ਨਾਨਕ ਲਈ ਧਿਆਏ, ਸਲੋ ਦੇਖੋ, ਗੁਰ ਨਾਨਕ ਲਈ ਧਿਆਏ, ਪੂਰੀ ਪੂਰਾ ਅੰਤਰਾ ਦੇਖੋ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਨੈਕਸਟ ਅੰਤਰਾ ਸੇਮ ਹੀ ਸਰਗਮ 'ਤੇ ਚੱਲੇਗਾ, ਸਰਗਮ ਸੇਮ ਰਹੇਗੀ, ਬਸ ਸ਼ਬਦ ਦੇ ਬੋਲ ਚੇਂਜ ਹੋਣੇ ਹਨ, ਧਿਆਨ ਰੱਖਣਾ ਹੈ ਜਿਹੜੀ ਜਿਹੜੀ ਸਰਗਮ ਦੇ ਨੀਚੇ ਜਿਹੜਾ ਜਿਹੜਾ ਸ਼ਬਦ ਦਾ ਬੋਲ ਆ ਰਿਹਾ ਸੇਮ ਉਸ ਤਰ੍ਹਾਂ ਹੀ ਲੱਗੇ। ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮਦਾਸ ਹੈ ਹੋਈ ਸਹਾਏ, ਫਿਰ ਅੰਗਦ ਗੁਰ ਤੇ ਕਰਦਣੀ ਹੈ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ, ਨੈਕਸਟ ਅੰਤਰ ਦੇਖੋ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਫਿਰ ਸੁਣੋ ਦੇਖੋ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ, ਫਿਰ ਅਸਾਈ ਵਾਲੀ ਲਾਈਨ ਅੰਤਰੇ ਵਿੱਚ ਵੀ ਬੋਲਣੀ ਹੈ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਫਿਰ ਸਲੋ ਦੇਖੋ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਫਿਰ ਤੋਂ ਫਿਰ ਸਾਈ ਸ਼ੁਰੂ ਕਰਦੇ ਹਾਂ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ, ਲਾਸਟ ਅੰਤਰਾ, ਤੇਗ ਬਹਾਦਰ ਸਿਮਰੀਐ ਕਰਨਾ ਨਿਤ ਆਵੈ ਤਾਏ, ਸਲੋ ਦੇਖੋ, ਸਰਗਮ ਸੇਮ ਰਹੇਗੀ, ਤੇਗ ਬਹਾਦਰ ਸਿਮਰੀਐ ਕਰਨਾ ਨਿਤ ਆਵੈ ਤਾਏ, ਫਿਰ ਨੈਕਸਟ ਲਾਈਨ ਹੈ ਉਹ ਜਿਹੜੀ ਅਸਾਈ ਵਿੱਚ ਨੀਚੇ ਵਾਲੀ ਲਾਈਨ ਕੀਤੀ ਹੈ ਉਸ 'ਤੇ ਲਗਾਉਣਾ ਹੈ, ਸਭ ਥਾਈ ਹੋਏ ਸਹਾਏ ਸ
ਸਭ ਥਾਈ ਹੋਏ ਸਹਾ ਸਰਗਮ ਪਾਪਾ ਧਾ ਪਾ ਮਾ ਗਾ ਰੇ ਗਾ ਗਾ ਸਾ 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 ਸ਼ਬਦ ਦੇ ਬੋਲ ਸਭ ਥਾਈ ਹੋਏ ਸਹਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਜਿਸ ਜਿੱਥੇ ਸਭ ਦੁੱਖ ਜਾਏ ਜਿਸ ਜਿੱਥੇ ਸਭ ਦੁੱਖ ਜਾਏ ਇਹ ਸ਼ਬਦ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ ਅਸਥਾਈ ਅਤੇ ਅੰਤਰੇ ਦੀ ਸਰਗਮ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰੇ ਬਹੁਤ ਹੀ ਸਲੋ ਸਲੋ ਵਜਾ ਕੇ ਦੱਸੇ ਗਏ ਹਨ ਆਈ ਗ੍ਰੰਥ ਵਿੱਚੋਂ ਤੁਸੀਂ ਇਸ ਸ਼ਬਦ ਨੂੰ ਕੱਢ ਕੇ ਦੇਖ ਸਕਦੇ ਹੋ ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਅਤੇ ਜਿਨ੍ਹਾਂ ਨੇ ਔਨਲਾਈਨ ਕੀਰਤਨ ਕਲਾਸਿਸ ਜੁਆਇਨ ਕਰਨੀ ਹੈ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਗਿਆ ਹੈ ਫੋਨ ਕਰਕੇ ਤੁਸੀਂ ਵਟਸਐਪ 'ਤੇ ਵੀ ਔਨਲਾਈਨ ਕੀਰਤਨ ਕਲਾਸਿਸ ਜੁਆਇਨ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ